ਆਪਣੇ ਭਾਣਜੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਔਰਤ ਪਾਸੋਂ ਮੋਟਰਸਾਈਕਲ ਸਵਾਰ ਹਥਿਆਰਬੰਦ ਲਟੇਰਿਆਂ ਨੇ ਅੰਮ੍ਰਿਤਸਰ ਭਿੱਕੀਵਿੰਡ ਮੁੱਖ ਮਾਰਗ ਤੇ ਗਗੋਬੂਆ ਨੇੜੇ ਪਿਸਤੌਲ ਦੀ ਨੋਕ ਤੇ ਦਿਨ ਦਿਹਾੜੇ ਲੁੱਟੇ ਸੋਨੇ ਦੇ ਗਹਿਣੇ ਤੇ ਨਕਦੀ। ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੋ। ਦਿਨੋ ਦਿਨ ਪੰਜਾਬ ਅੰਦਰ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਅਤੇ ਲਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ ਇਹ ਆਮ ਹੀ ਵੇਖਣ ਸੁਣਨ ਨੂੰ ਮਿਲ ਜਾਂਦਾ ਹੈ, ਪਰ ਅੱਜ ਪ੍ਰਤੱਖ ਮਿਸਾਲ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਕਿਸੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਲਖਣਾ ਤਪਾ ਦੀ ਇੱਕ ਔਰਤ ਅਤੇ ਉਸਦੇ ਨਾਲ ਉਸਦੇ ਭਾਣਜੇ ਨੂੰ ਸ਼ਰੇਆਮ ਲਟੇਰਿਆਂ ਵੱਲੋਂ ਝਬਾਲ ਤੋਂ ਅੱਗੇ ਪੈਂਦੇ ਕਸਬਾ ਗੱਗੋਬੂਆ ਤੋਂ ਸੜਕ ਦੇ ਉੱਤੇ ਹੀ ਪਿਸਤੌਲ ਦੀ ਨੋਕ ਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਜਾਣ ਉਪਰੰਤ ਉਹਨਾਂ ਨੂੰ ਧਮਕੀ ਦੇ ਕੇ ਕਿ ਜਾਨੋ ਮਾਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਇਹ ਘਟਨਾ ਜੋ ਸਾਹਮਣੇ ਆਈ ਹੈ ਉਹਨਾਂ ਦੇ ਨਾਲ ਪੀੜਤ ਨਾਲ ਗੱਲਬਾਤ ਕਰਦਿਆਂ ਤੇ ਜਾਣਦਿਆਂ ਕਿ ਇਹ ਘਟਨਾ ਨੂੰ ਕਿੰਨੇ ਕੁ ਵਕਤ ਅੰਜਾਮ ਦਿੱਤਾ ਗਿਆ ਤੇ ਕਦੋਂ ਵਾਪਰੀ। ਮਾਤਾ ਜੀ, ਇਹ ਜਿਹੜੀ ਘਟਨਾ ਵਾਪਰੀ ਇਹ ਕਿੰਨਾ ਕੁ ਟਾਈਮ ਹੋਏਗਾ ਤੇ ਤੁਸੀਂ ਕਿੱਥੋਂ ਆ ਰਹੇ ਸੀ? ਅਸੀਂ ਜੀ ਖੱਟੀ ਵਿਆਹ ਗਏ ਸੀ ਉੱਚੀ ਤੇ ਵਿਆਹ ਤੋਂ ਅਸੀਂ ਵਾਪਸ ਆਏ ਹਾਂ ਤੇ ਜਦੋਂ ਅਸੀਂ ਝਬਾਲ ਤੋਂ ਅੱਗੇ ਆਏ ਹਾਂ ਤੇ ਸਾਡੇ ਮਗਰ ਹੀ ਮੋਟਰਸਾਈਕਲ ਲੱਗ ਗਿਆ, ਤਿੰਨ ਜਾਣੇ ਸੀ ਮੂੰਹ ਬੱਧੇ ਸੀ ਤੇ ਜਦੋਂ ਅਸੀਂ ਗੱਗੋ ਬੂਹਾ ਅੱਡਾ ਲੰਘੇ ਹਾਂ ਤੇ ਥੋੜ੍ਹਾ ਜਿਹਾ ਪਾਣੀ ਜਿਹਾ ਆ ਗਿਆ ਤੇ ਕਾਕੇ ਨੇ ਹੌਲੀ ਕਰਤਾ ਵਾ ਤੇ ਉਹਨਾਂ ਸਾਨੂੰ ਮੋਟਰਸਾਈਕਲ ਤੋਂ ਡੇਗ ਲਿਆ ਤੇ ਪਹਿਲਾਂ ਮੇਰੀ ਚੈਨ ਲਾਈ ਆ ਤੇ ਪਿਸਤੌਲ ਮੇਰੇ ਮੱਥੇ 'ਤੇ ਰੱਖਤਾ, ਬਾਅਦ 'ਚ ਮੇਰੀਆਂ ਵਾਲੀਆਂ ਲਾ ਲਈਆਂ ਅਤੇ ਮੇਰੇ ਸ਼ਾਪ। ਮਾਤਾ ਜੀ, ਉਹ ਕਿੰਨੇ ਕੁ ਬੰਦੇ ਹੋਣਗੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ? ਮੋਟਰਸਾਈਕਲ ਤੇ ਸਵਾਰ ਸੀਗੇ? ਉਹਨਾਂ ਦੇ ਕੋਲ ਜਦੋਂ ਪਿਸਤੌਲ ਦੀ ਨੋਕ ਦੇ ਉੱਤੇ ਉਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਤੇ ਉਹਨਾਂ ਨੇ ਕੋਈ ਫੈਰ ਵੀ ਕੀਤਾ ਜੀ? ਨਹੀਂ ਜੀ, ਫੈਰ ਨਹੀਂ ਕੀਤਾ, ਸਾਨੂੰ ਡਰਾਵਾ ਹੀ ਦਿੱਤਾ ਜੀ। ਇਹ ਮੁੰਡਾ ਵਿਚਾਰਾ ਡਰ ਗਿਆ ਵਾ, ਨਾਲੇ ਕਿਰਚ ਕੋਲ ਸੀ ਉਹਨਾਂ ਕੋਲ ਹੋਰ ਵੀ ਛੋਟੇ ਮੋਟੇ ਹਥਿਆਰ। ਕੋਈ ਰਾਹਗੀਰ ਜਿਹੜੇ ਆ ਰਹੇ ਸੀ ਉਹਨਾਂ ਨੇ ਕੋਈ ਮਦਦ ਤੁਹਾਡੀ ਕੀਤੀ ਹੋਵੇ ਜਾਂ ਨੇੜੇ ਵਾਲੇ? ਨਹੀਂ ਜੀ, ਲਾਗੇ ਬੱਕਰੀਆਂ ਚਾਰਦੇ ਸੀ, ਉਹ ਵਿਚਾਰੇ ਡਰ ਕੇ ਉਹ ਹੀ ਪਿਛਾਂ ਚਲੇ ਗਏ, ਭੱਠੇ ਤੋਂ ਜਨਾਨੀਆਂ ਆਈਆਂ ਵੀ ਪਿੱਛੇ ਰਹੀਆਂ। ਤੇ ਉਹਨਾਂ ਵੱਲੋਂ ਜਦੋਂ ਤੁਹਾਡਾ ਪਿੱਛਾ ਸ਼ੁਰੂ ਕੀਤਾ ਗਿਆ ਤੁਹਾਨੂੰ ਸੰਭਾਵਨਾ ਤੁਹਾਨੂੰ ਪਤਾ ਪਹਿਲਾਂ ਕੋਈ ਮਹਿਸੂਸ ਹੋਇਆ ਕਿ ਜਾਂ ਉਹਨਾਂ ਨੇ ਇੱਕਦਮ ਹੀ ਤੁਹਾਡੇ ਨਾਲੇ ਜਿਹੜੀ ਆ ਘਟਨਾ ਵਾਪਰੀ? ਉਹਨਾਂ ਜਦੋਂ ਵੀਰ ਜੀ ਝਬਾਲ ਤੋਂ ਗਏ ਸੀ ਸਾਡੇ ਪਿੱਛੇ ਪਿੱਛੇ ਮੋਟਰਸਾਈਕਲ ਰੱਖਿਆ ਤੇ ਅਸੀਂ ਸੋਚਿਆ ਵੀ ਰਾਹੀ ਆ ਤੇ ਪਰ ਜਦੋਂ ਉਹ ਥੋੜ੍ਹਾ ਜਿਹਾ ਪਾਣੀ ਆ ਗਿਆ ਜ਼ਿਆਦਾ ਤੇ ਇਹਨੇ ਮੋਟਰਸਾਈਕਲ ਹੌਲੀ ਕਰ ਲਿਆ ਤੇ ਉਹਨਾਂ ਨੇ ਸਾਨੂੰ ਦੇਖ ਲਿਆ। ਇੰਨਾ ਕੁ ਮਹਿਸੂਸ ਹੋਇਆ ਵੀ ਪਿੱਛੋਂ ਹੀ ਸਾਡੇ ਲੱਗੇ ਆਏ ਝਬਾਲ ਤੋਂ। ਹੁਣ ਅਸੀਂ ਗੱਲ ਕਰਦੇ ਹਾਂ ਮੋਟਰਸਾਈਕਲ ਦੇ ਚਾਲਕ ਜੋ ਉਸ ਵੇਲੇ ਘਟਨਾ ਦੇ ਨਾਲ ਚਸ਼ਮਦੀਦ ਗਵਾਹ ਵੀ ਨੇ ਇਹ ਮਾਤਾ ਜੀ ਦੇ ਭਾਣਜੇ ਦੇ ਨਾਲ, ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਜਿਹੜੀ ਘਟਨਾ ਉਸ ਵਕਤ ਕੀ ਸ਼ੁਰੂਆਤ ਵਿੱਚ ਵਾਪਰੀ। ਕੀ ਨਾਮ ਵੀਰੇ? ਸਰਤਾਜ ਸਿੰਘ। ਸਰਤਾਜ ਸਿੰਘ, ਜਦੋਂ ਤੁਸੀਂ ਆ ਰਹੇ ਮੋਟਰਸਾਈਕਲ ਦੇ ਉੱਤੇ ਤੁਹਾਨੂੰ ਕੁਝ ਪਹਿਲਾਂ ਕੁਝ ਮਹਿਸੂਸ ਹੋਇਆ ਕਿ ਜਾਂ ਮਤਲਬ ਪਿੱਛੋਂ ਉਹਨਾਂ ਨੇ ਆਣ ਕੇ ਅਚਨਚੇਤ ਹੀ ਤੁਹਾਡੇ ਨਾਲ ਇਹ ਜਿਹੜੀ ਘਟਨਾ ਵਾਪਰੀ? ਨਹੀਂ, ਅਚਨਚੇਤ ਹੀ ਉਹ ਲੱਗ ਗਿਆ ਕਿ ਤੇ ਮੋਟਰਸਾਈਕਲ ਬੰਦ ਕਰਨ ਪੈ ਗਏ, ਚਾਬੀ ਬੰਦ ਕਰਨ ਪੈ ਗਏ ਤੇ ਮੈਂ ਗੁੱਟ ਫੜ ਕੇ ਧੱਕਾ ਮਾਰਿਆ ਉਹਨਾਂ ਨੂੰ, ਫਿਰ ਉਹਨਾਂ ਲੱਤ ਮਾਰ ਕੇ ਅਤੇ ਮੋਟਰਸਾਈਕਲ ਡਿੱਗਣ ਦੀ ਕੋਸ਼ਿਸ਼ ਕੀਤੀ, ਨਹੀਂ ਡਿੱਗਾ, ਫਿਰ ਇਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਲਿਆ ਅਤੇ
ਫਿਰ ਉਹ ਇਹਨਾਂ ਨੂੰ ਖੋਹਣ ਲੱਗ ਪਏ, ਲੁੱਟ ਖੋਹ ਕਰਨ ਲੱਗ ਪਏ ਅਤੇ ਇਹਨਾਂ ਦੀ ਮੁੰਦਰੀ ਉਹ ਚੈਨੀ ਕੋਈ ਪਹਿਲਾਂ, ਫਿਰ ਮੁੰਦਰੀ ਕੋਈ ਟੋਪਸ ਲਾਏ, ਫਿਰ ਪਰਸ ਹੋ ਕੇ ਭੱਜੇ, ਫਿਰ ਉਹਨਾਂ ਦੇ ਮੈਂ ਮਗਰ ਵੀ ਗਿਆ ਪਰ ਉਹ ਫਿਰ ਉੱਤਰ ਕੇ ਹਮਲਾ ਕਰਨ ਪਏ, ਫਿਰ ਮੈਂ ਵਾਪਸ ਮੁੜ ਆਇਆ। ਉਹ ਕਿਹੜੇ ਮੋਟਰਸਾਈਕਲ 'ਤੇ ਸਵਾਰ ਸੀ? ਪਲਟੀਨਾ ਮੋਟਰਸਾਈਕਲ ਸੀ, ਬਲੈਕ ਅਤੇ ਬਲਿਊ, ਅਤੇ ਨੰਬਰ ਪਲੇਟਾਂ ਉਹਨਾਂ ਦੀਆਂ ਸਾਫ਼ ਸੀ, ਕੋਈ ਨੰਬਰ ਨਹੀਂ ਲਿਖਿਆ ਹੋਇਆ ਉੱਤੇ। ਉਹਨਾਂ ਨੇ ਮੂੰਹ ਬੱਧੇ ਹੋਏ ਸੀ ਜਾਂ ਖੁੱਲ੍ਹੇ ਸੀ ਮੂੰਹ? ਦੋ ਜਣਿਆਂ ਨੇ ਮੂੰਹ ਬੱਧੇ ਹੋਏ ਸੀ ਜਿਹੜੇ ਲੁੱਟ ਖੋਹ ਕਰ ਰਹੇ ਸੀ, ਅਤੇ ਜਿਹੜਾ ਚਾਲਕ ਸੀ ਮੋਟਰਸਾਈਕਲ ਦਾ ਉਹਨੇ ਮੂੰਹ ਨਹੀਂ ਬੱਧਿਆ ਹੋਇਆ। ਅਤੇ ਉਹਨਾਂ ਨੇ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਉਹਨਾਂ ਨੇ ਕੀ ਤੁਹਾਨੂੰ ਪਿਸਤੌਲ ਦੇ ਨਾਲ ਗੋਲੀ ਮਾਰਨ ਦੀ ਧਮਕੀ? ਹਾਂਜੀ, ਇਹਨਾਂ ਨੂੰ ਧਮਕੀ ਦਿੱਤੀ ਉਹਨਾਂ ਗੋਲੀ ਮਾਰਨ ਦੀ, ਪਰ ਮੈਂ ਥੋੜ੍ਹੀ ਦੂਰ ਸੀ, ਮੈਂ ਜਦੋਂ ਆਇਆ ਵਾਂ ਮੇਰਾ ਮੋਟਰਸਾਈਕਲ ਸੰਭਲ ਕੇ, ਮੈਂ ਜਦੋਂ ਮੋਟਰਸਾਈਕਲ ਲਾ ਕੇ ਆਇਆ ਵਾਂ ਉਹਨੇ ਚਿਰ ਨੂੰ ਇਹ ਲੁੱਟ ਕੇ ਭੱਜ ਰਿਹਾ ਸੀ ਅਤੇ ਮੈਂ ਮਗਰ ਭੱਜਾਂ, ਫਿਰ ਮੈਂ ਉਹ ਮੋਟਰਸਾਈਕਲ 'ਤੇ, ਫਿਰ ਮੈਂ ਮੋਟਰਸਾਈਕਲ ਸਟਾਰਟ ਸੀ ਮੇਰਾ ਮੋਟਰਸਾਈਕਲ ਤੋਂ, ਫਿਰ ਮੈਂ ਗਿਆ ਜਦੋਂ, ਫਿਰ ਉੱਤਰ ਕੇ ਹਮਲਾ ਕਰਨ ਪਏ ਆ, ਫਿਰ ਮੈਂ ਮੁੜ ਆਇਆ। ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਫਿਰ ਪਰਿਵਾਰ ਨੂੰ ਸੂਚਿਤ ਕੀਤਾ ਜਾਂ ਪੁਲਿਸ ਨੂੰ? ਨਹੀਂ, ਪਰਿਵਾਰ ਨੂੰ ਵੀ ਸੂਚਿਤ ਕੀਤਾ ਅਤੇ ਪੁਲਿਸ ਵਾਲਿਆਂ ਨੂੰ ਵੀ ਫੋਨ ਕੀਤਾ ਹੈ। ਇਸ ਸੰਬੰਧੀ ਜਦੋਂ ਥਾਣਾ ਝਬਾਲ ਦੇ ਮੁਖੀ SHO ਪ੍ਰਭਜੀਤ ਸਿੰਘ ਹੋਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਇੱਕ ਨਾ ਆਪਣਾ ਇੰਸੀਡੈਂਟ ਹੋਇਆ, ਯਾਨੀ ਕਿ ਲੁੱਟ ਖੋਹ ਦੀ ਵਾਰਦਾਤ ਹੋਈ ਸਰ ਗੱਗੋਬੂਏ ਤੋਂ ਉਰਲੇ ਬੰਨੇ। ਹਾਂਜੀ ਹਾਂਜੀ, ਦੁਪਹਿਰ ਬਾਅਦ ਸਰ ਉਹਦੇ ਸੰਬੰਧ ਕੀ ਸਰ ਮਤਲਬ ਕਾਰਵਾਈ ਚੱਲ ਰਹੀ ਹੈ? ਮਤਲਬ ਜਿਹੜੀ ਹੈਗੀ ਆ FIR ਦਿੱਤੀ ਹੈ, ਫਰਦਰ ਉਹਨਾਂ ਦੀ ਕਾਲ ਡਿਟੇਲ ਅਸੀਂ ਪਾਤੀ ਹੈ। ਜੀ ਜੀ, ਜਲਦੀ ਉਹਨਾਂ ਨੂੰ ਲੋਕੇਟ ਕਰ ਲਾਂਗੇ। ਹੁਣ ਵੇਖਣਾ ਇਹ ਹੋਏਗਾ ਕਿ ਪੁਲਿਸ ਕਿੰਨੀ ਕੁ ਜਲਦੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਕੇ ਕਾਨੂੰਨ ਹਵਾਲੇ ਕਰਦੀ ਹੈ। ਗਰਾਊਂਡ ਰਿਪੋਰਟਸ TV ਨਿਊਜ਼ ਇੰਡੀਆ ਲਈ ਕੈਮਰਾਮੈਨ ਹਰਵਿੰਦਰ ਸਿੰਘ ਪਾਟੀਆ ਦੇ ਨਾਲ ਪਿੰਡ ਲਖਣਾ ਤਪਾ ਤਰਨ ਤਾਰਨ ਤੋਂ ਪਿਸ਼ੌਰਾ ਸਿੰਘ ਪੰਨੂ ਦੀ ਰਿਪੋਰਟ।